ਤੁਹਾਨੂੰ ਤਾਂ ਰੱਬ ਨੇ ਬਣਾਇਆ ਹੀ ਸਾਡੀ ਖਿਦਮਤ ਕਰਨ ਲਈ ਹੈ। ਪਤਾ ਨਹੀਂ ਤੁਹਾਡਾ ਗੁਰੂ ਕੀ ਤੁਹਾਨੂੰ ਪੁੱਠੀਆਂ ਮਤਾਂ ਦੇਈ ਜਾਂਦਾ। ਇਹ ਤੁਹਾਡਾ ਜਿਹੜਾ ਗੁਰੂ ਨਾ ਅਰਜਨ ਦੇਵ ਤੁਹਾਨੂੰ ਪੁੱਠੀਆਂ ਮਤਾਂ ਦੇ ਕੇ ਸਾਡੇ ਧਰਮ ਦਾ ਅਪਮਾਨ ਕਰ ਰਿਹਾ। ਇਹਦਾ ਕੋਈ ਇੰਤਜ਼ਾਮ ਕਰਨਾ ਪਊ। ਬਸ ਹੁਣ ਜ਼ਿਆਦਾ ਦੇ ਜਿੰਦਾ ਨਹੀਂ ਰਹੋਗੇ ਜਿੰਦਾ ਤੁਸੀਂ। ਇਹਨਾਂ ਕਾਫਰਾਂ ਨੂੰ ਮੈਂ ਸਜ਼ਾ ਦਿਆਂਗਾ, ਮੈਂ ਚੁਣ ਚੁਣ ਕੇ ਮਾਰਾਂਗਾ ਇਹਨਾਂ ਨੂੰ, ਜਿਉਂਦਿਆਂ ਪੱਠੇ ਵਿੱਚ ਸਾਰ ਕੇ ਰੱਖ ਦਿਆਂਗਾ। ਤੁਸੀਂ ਤਾਂ ਇਸਲਾਮ ਦੇ ਨਾਂ ਤੇ ਕਲੰਕੋ, ਜੋ ਤੇਰੇ ਬੀਵੀ ਬੱਚੇ ਉਸ ਕਾਫਰ ਅਰਜਨ ਨੂੰ ਸਜਦਾ ਕਰਦੇ ਆ। ਮੇਰਾ ਬਸ ਚੱਲੇ ਤਾਂ ਤੁਹਾਨੂੰ ਸਾਰਿਆਂ ਨੂੰ ਉਸ ਕਾਫਰ ਅਰਜਨ ਦੇ ਨਾਲ ਰਾਖ ਕਰ ਦਿਆਂ। ਮਿਸਰ ਜੀ, ਮੈਂ ਇੱਕ ਗੱਲ ਤੋਂ ਬਹੁਤ ਹੈਰਾਨ ਕਿ ਤੁਸੀਂ ਐਡੇ ਸਿਆਣੇ ਵਿਆੜੇ ਵੀ ਹੋ ਕੇ ਏਦਾਂ ਦੀ ਗਲਤੀ ਕਿਵੇਂ ਕਰ ਆਏ। ਤੁਸੀਂ ਮੇਰੇ ਰੁਤਬੇ ਦਾ ਖਿਆਲ ਨਹੀਂ ਕੀਤਾ। ਮੈਂ ਇੱਕ ਸ਼ਾਹੀ ਠਾਠ ਬਾਠ ਵਾਲਾ, ਸ਼ਾਹੀ ਰੁਤਬੇ ਵਾਲਾ, ਤੇ ਉਹ ਗੁਰੂ ਅਰਜਨ ਦੇਵ ਇੱਕ ਤੇਰੇ ਦਾ ਸਾਧ। ਤੁਸੀਂ ਤੇ ਚੁਬਾਰੇ ਦੀ ਬੋਰੀ ਨੂੰ ਲਾਇਓ। ਦੀਵਾਨ ਜੀ ਰੁਕੋ, ਰੁਕੋ ਦੀਵਾਨ ਜੀ, ਦੀਵਾਨ ਜੀ ਰੁਕੋ। ਜੀ ਕਿਉਂ ਤੁਸੀਂ ਆਪਣਾ ਖੂਨ ਸਾੜੀ ਜਾਂਦੇ ਹੋ? ਸ਼ਾਂਤ ਰਹੋ, ਪਰਮਾਤਮਾ ਸਭ ਠੀਕ ਕਰੇਗਾ। ਕੀ ਠੀਕ ਕਰੇਗਾ ਪਰਮਾਤਮਾ? ਸਵਾ ਠੀਕ ਤਾਂ ਹੁਣ ਮੈਂ ਕਰਾਂਗਾ। ਮੈਂ ਇੰਨੀ ਤੱਤੇ ਨਾ ਹੋਵੋ ਜੀ, ਇਸ ਗੁੱਸੇ ਕਰਕੇ ਅਸੀਂ ਪਹਿਲੇ ਰਿਸ਼ਤੇ ਤੋਂ ਹੱਥ ਤੋਂ ਬੈਠੇ ਹਾਂ। ਗੁਰੂ ਘਰ ਨਾਲ ਜੁੜਦੇ ਸੰਬੰਧ ਵੀ ਇਸ ਗੁੱਸੇ ਕਰਕੇ ਖਤਮ ਹੋ ਗਏ। ਤੂੰ ਚੁੱਪ ਕਰ, ਚੁੱਪ ਕਰ। ਇਸ ਸੰਬੰਧ ਤੋਂ ਪਹਿਲੇ ਖੁਸ਼ ਨਹੀਂ ਸੀ, ਪਰ ਇਹਨਾਂ ਬਾਹਮਣਾ ਕਰਕੇ ਮੈਨੂੰ ਉਸ ਜੇਲ ਸਾਹ ਨਾਲ ਇਹ ਰਿਸ਼ਤਾ ਜੁੜਨਾ ਪਿਆ। ਜੀ ਤੁਸੀਂ ਕੁਛ ਸੋਚ ਸਮਝ ਕੇ ਬੋਲਿਆ ਕਰੋ। ਗੁਰੂ ਘਰ ਦੇ ਖਿਲਾਫ ਬੋਲੇ ਬੋਲਾਂ ਦਾ ਹੀ ਫਲ ਭੁਗਤ ਰਹੇ ਹਾਂ ਅਸੀਂ। ਫਲ ਅਸੀਂ ਨਹੀਂ ਭੁਗਤ ਰਹੇ, ਫਲ ਹੁਣ ਉਹ ਸਾਧ ਭੁਗਤੇਗਾ। ਉਹਨੂੰ ਨਹੀਂ ਪਤਾ ਮੇਰੀ ਪਹੁੰਚ ਕਿੱਥੋਂ ਤੱਕ ਹੈ। ਉਹਨੇ ਰਿਸ਼ਤਾ ਮੋੜਨ ਤੋਂ ਪਹਿਲਾਂ ਕੁਝ ਨਹੀਂ ਸੋਚਿਆ, ਪਰ ਹੁਣ ਉਸ ਦੀਆਂ ਸੱਤ ਪੁਸ਼ਤਾਂ ਵੀ ਯਾਦ ਰੱਖਣਗੀਆਂ। ਬੜਾ ਦੁੱਖ ਹੋਇਆ ਦੀਵਾਨ ਜੀ, ਫਿਰ ਤਾਂ ਉਸਨੇ ਵਾਕਈ ਤੁਹਾਡੀ ਧੀ ਰਾਣੀ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਹੈ। ਵਾਕਈ ਬੜੇ ਦੁੱਖ ਵਾਲੀ ਗੱਲ ਹੈ। ਹਜ਼ੂਰ, ਜ਼ਿੰਦਗੀ ਤਾਂ ਹੁਣ ਉਸ ਦੀ ਬਰਬਾਦ ਹੋਵੇਗੀ। ਤੁਸੀਂ ਹੀ ਕੁਝ ਇਨਸਾਫ ਕਰੋ, ਉਸ ਨੂੰ ਦਰਬਾਰ ਵਿੱਚ ਬੁਲਾ ਕੇ ਮੈਨੂੰ ਇਨਸਾਫ ਦਿਓ ਤੇ ਉਹਨੂੰ ਸਜ਼ਾ, ਤਾਂ ਹੀ ਮੇਰੇ ਕਲੇਜੇ ਠੰਡ ਪਏਗੀ। ਬੁਖਾਰੀ, ਉਸ ਵਾਸਤੇ ਇਲਜ਼ਾਮਨਾਮਾ ਤਿਆਰ ਕਰੋ। ਸੁਭਾਨ ਅੱਲਾ, ਤੇਰਾ ਲੱਖ ਲੱਖ ਸ਼ੁਕਰ ਹੈ। ਇਸ ਹੁਕਮ ਨੂੰ ਸੁਣ ਲਈ ਤਾਂ ਮੇਰੇ ਕੰਨ ਤਰਸ ਗਏ ਸੀ। ਕੰਨ ਤਾਂ ਮੇਰੇ ਵੀ ਤਰਸ ਗਏ ਨੇ ਉਸ ਰੱਬ ਬਣੇ ਬੈਠੇ ਅਰਜਨ ਦੀਆਂ ਚੀਖਾਂ ਸੁਣਨ ਨੂੰ। ਉਸ ਨੂੰ ਐਸੇ ਤਸੀਹੇ ਦਿਓ ਕਿ ਉਸਦੀ ਰੂਹ ਵੀ ਕੰਬ ਉੱਠੇ। ਕਹਿਣ ਲੱਗਾ ਦਾਤਿਆ ਕੀ ਮਾੜਾ
बैठा वेखो बाली दो अगते जो